कोरोना वायरस ਇੱਕ ਐਸਾ ਰੋਗ ਇੱਕ ਐਸੀ ਬਿਮਾਰੀ ਜਿਹਦੇ ਬਾਰੇ ਸ਼ਾਇਦ ਹੀ ਕੋਈ ਦੁਨੀਆ ਤੇ ਕੋਈ ਮੁਲਕ ਹੋਵੇਗਾ ਜਿਹਨੂੰ ਨਹੀਂ ਪਤਾ ਹੋਊਗਾ ਸ਼ਾਇਦ ਦੁਨੀਆ ਤੇ ਕੋਈ ਐਦਾਂ ਦਾ ਨਾ ਵੀ ਬੰਦਾ ਹੋਊਗਾ ਜੋ ਕਿ ਇਸ ਬਾਰੇ ਨਾ ਸੋਚਦਾਵੇਂ ਕਦੋਂ ਇਹ ਖਤਮ ਹੋਏਗੀ WHO ਨੇ ਇਹ ਬਿਆਨ ਦਿੱਤਾ ਕਿ ਇਹਦੀ ਜਿਹੜੀ ਮੈਡੀਸਿਨ ਹੈ ਜਿਹਦੀ ਜਿਹੜੀ ਵੈਕਸੀਨ ਬਣਨ ਲਈ ਘੱਟ ਤੋਂ ਘੱਟ 12 ਮਹੀਨੇ ਦਾ ਟਾਈਮ ਲੱਗ ਸਕਦਾ 12 ਮਹੀਨੇ 2021 ਤੋਂ ਪਹਿਲਾਂ ਇਹ ਹਣੀ ਮੁਸ਼ਕਲ ਹੈ ਕਿਉਂਕਿ ਪਹਿਲਾਂ ਇਹ ਚੂਹਿਆਂ ਤੇ ਹੋਣੀ ਟੈਸਟਿੰਗ ਫਿਰ ਗੋਰਛਿਆਂ ਤੇ ਫਿਰ ਬਾਂਦਰਾ ਤੇ ਫਿਰ ਇਨਸਾਨਾਂ ਤੇ ਟੈਸਟਿੰਗ ਹੋਣੀ ਹੈ ਇਹਦਾ ਇੱਕ ਪ੍ਰੋਸੈਸ ਅਲੱਗ ਹੁੰਦਾ ਇਹਨੂੰ ਕਾਫੀ ਪ੍ਰੋਸੈਸਰ ਦੇ ਵਿੱਚੋਂ ਨੰਗਣਾ ਪੈਂਦਾ ਇਹ ਸਾਰੇ ਦੁਨੀਆ ਦੇ ਤਕਰੀਬਨ ਟਾਪ ਕਲਾਸ ਜਿਹੜੇ ਮੈਡੀਕਲ ਕੰਪਨੀयां ਜੋ ਵੀ ਬਣਾਉਂਦੀਆਂ ਨੇ ਜਿਹੜੀਆਂ ਵੀ ਕਰਦੀਆਂ ਨੇ ਟੈਸਟ ਲੈਬੋਰੀਆਂ ਸਾਰੇ ਸਾਰੇ ਇਹ ਈਸੀ ਤਰੀਕੇ ਦੇ ਵਿੱਚ ਲੱਗੇ ਨੇ ਕਿਸੇ ਵੀ ਤਰ੍ਹਾਂ ਇਸ ਰੋਗ ਦਾ ਕੋਈ ਵੀ ਕੁਛ ਨਾ ਕੁਝ ਫੜ ਲਿਆ ਹੋਵੇ ਫੜ ਫੜ ਹੋ ਜਾਵੇ ਕਾਫੀ ਮੁਲਕਾਂ ਦੇ ਵਿੱਚ ਜਿੱਥੇ ਪ੍ਰੋਬਲਮ ਚੱਲ ਰਹੀ ਹੈ ਜੀ ਇਸ ਵਾਇਰਸ ਦੀ ਉੱਥੇ ਅਲੱਗ-ਅਲੱਗ ਡੋਸ ਐਚ ਆਈ ਵੀ ਦੇ ਡੋਸ ਏਬੁਲਾ ਦੇ ਸਾਰਸ ਦੇ ਜਿਹੜੀਆਂ ਇਹਨਾਂ ਲਈ ਦਵਾਈਆਂ ਯੂਜ਼ ਕੀਤੀਆਂ ਜਾ ਰਹੀਆਂ ਨੇ ਇਹਨਾਂ ਦਵਾਈਆਂ ਦੇ ਹੀ ਦੇਖ ਰਹੇ ਨੇ ਡੋਸ ਮਿਲਾ ਕੇ ਅਲੱਗ-ਅਲੱਗ ਡੋਸ ਬਣਾ ਕੇ ਸ਼ਾਇਦ ਕੁਝ ਨਾ ਕੁਝ ਕੰਮ ਕਰਨ ਵਾਲੀ ਦਵਾਈ ਬਣ ਜੇ ਪਰ ਐਗਜ਼ੈਕਟ ਜਿਹੜੀ ਚੀਜ਼ ਆ ਨਹੀਂ ਬਣ ਰਹੀ ਬਹੁਤ ਕੇਸਾਂ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਵੀ ਹਾਸਲ ਹੁੰਦੀ ਹੈ ਬੰਦੇ ਠੀਕ ਵੀ ਹੁੰਦੇ ਨੇ ਪਰ ਜਿਹੜੇ ਕਹਿਦੇ ਇਹ ਕਿ ਉਹ ਸਾਰਿਆਂ ਦੇ ਸਾਰੇ ਬੰਦਿਆਂ ਦੇ ਲਈ ਠੀਕ ਆ ਫਿਲਹਾਲ ਇਹ ਕਹਿਣਾ ਮੁਸ਼ਕਲ ਹੈ ਜਿੱਥੇ ਸਭ ਕੁਝ ਇਹ ਚੱਲ ਰਿਹਾ ਜੀ ਚਾਈਨਾ ਨੇ ਇੱਕ ਨਵੀਂ ਸਕੀਮ ਕੱਢੀ ਹੈ ਉਹਨਾਂ ਨੇ ਕਿਹਾ ਜੀ ਮੈਂ ਵੈਕਸੀਨ ਨਹੀਂ ਮੇਰੇ ਕੋਲ ਹੈ ਪਰ ਮੇਰੇ ਕੋਲ ਇੱਕ ਇਲਾਜ ਨਵੇਂ ਤਰੀਕੇ ਦਾ ਇਲਾਜ ਕਰਨ ਦਾ ਤਰੀਕਾ ਹੋਰ ਹੈ ਉਹ ਕੀ ਹੈ ਜੀ ਨੈਨੋ ਮਟੀਰੀਅਲ ਨੈਨੋ ਟੈਕਨੋਲੋਜੀ ਉਹ ਕਹਿ ਰਿਹਾ ਜੀ ਕਿ ਨੈਨੋ ਟੈਕਨੋਲੋਜੀ ਦੇ ਨਾਲ ਉਹ ਸਰੀਰ ਦੇ ਵਿੱਚ ਇੱਕ ਨੈਨੋ ਮਟੀਰੀਅਲ ਨੂੰ ਇੰਜੈਕਟ ਕਰੇਗਾ ਤੇ ਉਸ ਤੋਂ ਬਾਅਦ ਇਹ ਜਿਹੜੀ ਨੈਨੋ ਟੈਕਨੋਲੋਜੀ ਦੇ ਜੋ ਕਿ ਨਾ ਨੈਨੋ ਮੈਟਰੀਅਲ ਇਹ ਸੀ ਇਹਨਾਂ ਨੂੰ ਕਹਿੰਦੇ ਆ ਉਹਨਾਂ ਨੇ ਬੰਦੇ ਦੇ ਸਰੀਰ ਦੇ ਵਿੱਚ ਜਾ ਕੇ ਡੀਐਨਏ ਬਲੱਡ ਸੈਂਪਲ ਜੋ ਵੀ ਹੈ ਜੀ ਸਰੀਰ ਦੇ ਵਿੱਚ ਜਾ ਕੇ ਇਹ ਜਿਹੜੇ ਵਾਇਰਸ ਨੇ ਜੋ ਕੁਮ ਰਹਿਣੇ ਸਰੀਰ ਦੇ ਵਿੱਚ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਫੜ ਕੇ ਉਹਨਾਂ ਨੂੰ ਸੋਕ ਲੈਣਾ ਜੀ ਇੱਕ ਵੈਕਿਊਮ ਮਸ਼ੀਨ ਦੇ ਵਾਂਗ ਅਸੀਂ ਇਹਨੂੰ ਰੱਖ ਸਕਦੇ ਕਿ ਇੱਕ ਛੋਟਾ ਜਿਹਾ ਨੈਨੋ ਮਟੀਰੀਅਲ ਵੈਕਿਊਮ ਜਣਾ ਸਰੀਰ ਦੇ ਵਿੱਚ ਜਿਨੇ ਕੇ ਡੀਐਨਏ ਦੇ ਵਿੱਚੋਂ ਜਿੰਨੇ ਵੀ ਇਹ ਸਾਰੇ ਨੇ ਉਹਨਾਂ ਨੂੰ ਖਿੱਚ ਕੇ ਉਹਨਾਂ ਨੂੰ ਬੰਦ ਕਰ ਦੇਣਾ ਉਹਨਾਂ ਨੂੰ ਸ਼ੋਕ ਦੇਣਾ ਸ਼ੋਕ ਜਦੋਂ ਉਹ ਵਾਇਰਸ ਸੁੱਕ ਜਾਂਦਾ ਤਾਂ ਫਿਰ ਉਸਨੇ ਉਹ ਕੰਮ ਕਰਨਾ ਉਹਨੇ ਛੱਡ ਦੇਣਾ ਇਸ ਤਰੀਕੇ ਦੇ ਨਾਲ ਜਿਹੜੀ ਪਰਸੈਂਟ ਜੇ ਅਗਰ ਦੇਖੀ ਤਾਂ ਚਾਈਨਾ ਕਹਿ ਰਿਹਾ ਜੀ 96.5 ਤੋਂ ਲੈ ਕੇ 99.99 ਤੱਕ ਕੰਮ ਕਰਨ ਦਾ ਇਹਦੀ ਆਸ ਹੈ ਜੀ 96.5 96 ਤੋਂ ਲੈ ਕੇ 99.99 ਤੱਕ ਅਸੀਂ ਦੇਖੀ ਤਾਂ तकरीबन तकरीबन ਜਿੰਨੇ ਵੀ ਬੰਦੇ ਨੇ तकरीबन तकरीबन ਸਾਰੇ ਦੇ ਸਾਰੇ ਠੀਕ ਹੋ ਜਾਣੇ ਨੇ ਬਾਕੀ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਪਤਾ ਲੱਗਣਾ ਜੀ ਇਹ ਟੈਕਨੋਲੋਜੀ ਕਿੰਨਾ ਕੰਮ ਕਰਦੀ ਹੈ ਤੇ ਕਿੰਨਾ ਇਹਦਾ ਕੋਸਟਾ ਕੀ ਹਿਸਾਬ ਦਾ ਵੈਕਸੀਨ ਜਿਹੜੀ ਜਿੱਦਾਂ ਤੁਹਾਨੂੰ ਦੱਸਿਆ 12 ਮਹੀਨੇ ਤੋਂ ਪਹਿਲਾਂ ਨਹੀਂ ਆਣੀ ਸ਼ਾਇਦ ਚਾਈਨਾ ਦਾ ਤਰੀਕਾ ਜਿਹੜਾ ਚਾਈਨਾ ਤਰੀਕਾ ਦੱਸ ਰਹੀ ਹੈ ਇਹ ਸਾਰੀ ਦੁਨੀਆ ਦੇ ਵਿੱਚ ਅਪਣਾਇਆ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇਸ ਬਾਰੇ ਵੀ ਪੂਰੀ ਸੱਚ ਡਿਟੇਲ ਲੱਗ ਜਣੀ ਉਸ ਤੋਂ ਬਾਅਦ ਜਿੰਨਾ ਟਾਈਮ ਕੋਈ ਪੱਕਾ ਇਲਾਜ ਨਹੀਂ ਆਦਾ ਆਂਦਾ ਅਸੀਂ ਤੁਹਾਨੂੰ ਇਹੀ ਕਹਾਂਗੇ ਆਪਣੇ ਘਰੋਂ ਬਾਹਰ ਨਾ ਨਿਕਲੋ ਜੀ ਘਰ ਰਹੋ ਸੇਫ ਰਹੋ ਆਪਣੇ ਬੱਚਿਆਂ ਨੂੰ ਵੀ ਘਰੋਂ ਬਾਹਰ ਨਾ ਨਿਕਲਦੋ ਤੇ ਆਪਣੀ ਸੇਫਟੀ ਰੱਖੋ ਜੀ ਫਿਲਹਾਲ ਦਵਾਈਆਂ ਨਾਲੋਂ ਪਰਹੇਜ਼ ਸੌ ਦਰਜ ਚੰਗਾ ਜੀ